ਪਹਿਲਾਂ ਵਾਲਾ ਪ੍ਰੋਜੈਕਟ ਹੀ ਸੀ ਕਿ ਰਾਜਨੀਤੀ ਵਾਲਾ ਠੀਕ ਚੱਲ ਰਿਹਾ? ਨਹੀਂ ਦੇਖੋ, ਦੋਨੇ ਹੀ ਠੀਕ ਨੇ ਜੀ, ਆਪਾਂ ਆਪਣੀ ਨੀਤਾਂ ਸਿੱਧੀਆਂ ਹੋਣੀਆਂ ਚਾਹੀਦੀਆਂ, ਸਾਰਾ ਕੁਛ ਜਿਹੜੇ ਮਰਜ਼ੀ ਕੰਮ 'ਚ ਆਉਣ, ਜਿੰਨੀ ਮੇਰੇ ਪਿੰਡ ਨੂੰ ਖੁਸ਼ੀ ਹੈ ਉਨੀ ਮੇਰੇ ਨਾਨਕੇ ਨੂੰ ਖੁਸ਼ੀ। ਮੈਂ ਤਾਂ ਕੋਈ ਉਹਨਾਂ 'ਤੇ ਤੰਜ ਨਹੀਂ ਕੱਸਦਾ, ਮੇਰੇ ਤਾਂ ਸੀਨੀਅਰ ਨੇ, ਮੇਰੇ ਰਿਸਪੈਕਟਡ ਨੇ। ਸਿਆਸਤ ਦਾ ਤਾਂ ਮੈਨੂੰ ਪਤਾ ਨਹੀਂ, ਪਰ ਮੈਂ ਜਿਹੜਾ ਫਰੀਦਕੋਟ ਲਈ ਸੋਚਿਆ, ਉਹ ਸਭ ਤੋਂ ਪਹਿਲਾਂ ਤਾਂ ਹਰਾ ਭਰਿਆ ਬਣਾਉਣਾ ਬਾਬੇ ਫਰੀਦ ਦੀ ਧਰਤੀ। ਜੋ ਪਿਛਲੀਆਂ ਸਰਕਾਰਾਂ ਨੇ 70 ਸਾਲਾਂ 'ਚ ਕੰਮ ਨਹੀਂ ਕੀਤੇ, ਉਹ ਇਸ ਸਰਕਾਰ ਨੇ ਸਿਰਫ 2 ਸਾਲਾਂ ਦੇ ਵਿੱਚ ਕੰਮ ਕਰਤੇ, ਅਤੇ ਉਹ ਕੰਮ ਨੂੰ ਉਸ ਫਤਵਾ ਦੇਣਗੇ ਜੀ ਲੋਕ ਜਿਹੜੇ ਸਰਕਾਰ ਨੇ ਕੰਮ ਕੀਤਾ। ਮੈਂ 117-18 ਫਿਲਮਾਂ ਕੀਤੀਆਂ ਹੋਣਗੀਆਂ, ਮੇਰਾ ਖਿਆਲ ਇਕੱਲੀਆਂ 17 ਕੁ ਫਿਲਮਾਂ ਦੇ ਐਗਰੀਮੈਂਟ ਹੋਣਗੇ ਅਗਲੇ ਆਉਂਦੇ, ਅਸੀਂ ਲਿਸਟਾਂ ਲਈ ਫਿਰਦੇ ਹਾਂ ਅਤੇ ਤੁਸੀਂ ਕਹਿੰਦੇ ਕਿ ਮੇਰਾ ਐਗਰੀਮੈਂਟ ਹੀ ਕੋਈ। ਉਹਨਾਂ ਨੂੰ ਕਹਿੰਦੇ ਦਿਖਾ ਦਿਓ ਫਿਰ ਕਿਹੜਾ ਐਗਰੀਮੈਂਟ ਹੈ ਮੇਰਾ। ਓ ਸੋਹਣਿਆ ਸੱਜਣਾ ਸਾਹਮਣੇ ਆ ਕੇ ਬੈਠਾ ਰਹਿ, ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਬੈਠਾ ਰਹਿ, ਯਾਰ ਆਵੇ ਯਾਰ ਆਵੇ ਯਾਰ ਆਵੇ ਯਾਰ ਆਵੇ ਯਾਰਾ ਯਾਰ ਆਵੇ ਯਾਰਾ। ਨਿਊਜ਼ 18 ਪੰਜਾਬ 'ਤੇ ਤੁਹਾਡਾ ਸਵਾਗਤ ਹੈ ਅਤੇ ਅੱਜ ਅਸੀਂ ਮੌਜੂਦ ਹਾਂ ਜੀ ਫਰੀਦਕੋਟ ਦੇ ਵਿੱਚ। ਫਰੀਦਕੋਟ ਦੇ ਵਿੱਚ ਸਾਰੀਆਂ ਪਾਰਟੀਆਂ ਪੂਰੀ ਵਾਲ ਆ ਰਹੀਆਂ ਨੇ, ਕਿਉਂਕਿ ਫਰੀਦਕੋਟ ਸੀਟ ਵੀ ਹੌਟ ਸੀਟ ਦੇ ਤੌਰ 'ਤੇ ਦੇਖੀ ਜਾ ਰਹੀ ਹੈ, ਕਿਉਂਕਿ ਇੱਥੇ ਦੋ ਵੱਡੇ ਕਲਾਕਾਰ ਵੀ ਆਹਮਣੇ ਸਾਹਮਣੇ ਦੇਖੇ ਜਾ ਰਹੇ ਆ। ਹਾਲਾਂਕਿ ਇਹ ਸੀਟ ਐਸੀ ਸੀਟ ਹੈ ਕਿ ਜਿੱਥੇ ਸੁਖਬੀਰ ਸਿੰਘ ਬਾਦਲ ਹੋਣੀ ਵੀ ਚੋਣ ਲੜ ਚੁੱਕੇ ਨੇ, ਇੱਥੋਂ ਜਿੱਤ ਕੇ ਪਾਰਲੀਮੈਂਟ ਦੇ ਵਿੱਚ ਗਏ ਸੀ, ਤਾਂ ਅੱਜ ਇਸ ਸੀਟ ਦੇ ਕੀ ਹਾਲਾਤ ਨੇ ਉਹ ਸਮਝਣ ਦੇ ਲਈ ਅੱਜ ਅਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਹੋਰਾਂ ਦੇ ਕੋਲ ਪਹੁੰਚੇ ਹਾਂ ਕਿ ਕਰਮਜੀਤ ਅਨਮੋਲ ਹੋਰਾਂ ਦੀ ਚੋਣ ਕੰਪੇਨ ਹੈ ਜਿਹੜੀ ਉਹ ਕਿਵੇਂ ਚੱਲ ਰਹੀ ਆ। ਕਰਮਜੀਤ ਜੀ, ਕਿਵੇਂ ਚੱਲ ਰਹੀ ਹੈ ਪੂਰੀ ਕੰਪੇਨ? ਬਹੁਤ ਵਧੀਆ ਜੀ, ਬਹੁਤ ਹੀ ਵਧੀਆ, ਕਮਾਲ ਦੀ ਟੀਮ ਹੈ ਮੇਰੇ ਨਾਲ, ਸਾਰੀ ਬਹੁਤ ਵਧੀਆ ਮੈਨੇਜ ਕਰ ਰਹੀ। ਅੱਛਾ, ਪਹਿਲਾਂ ਤਾਂ ਤੁਹਾਡਾ ਜਿਹੜਾ ਪੇਸ਼ਾ ਹੈ ਉਹ ਇੱਕ ਵੱਖਰਾ ਪੇਸ਼ਾ ਸੀ, ਪਰ ਉਹਦੇ ਬਿਲਕੁਲ ਹੀ ਮੈਨੂੰ ਲੱਗਦਾ ਕਿ ਆਪੋਜ਼ਿਟ ਹੈ ਰਾਜਨੀਤੀ, ਤੇ ਕਿਵੇਂ ਲੱਗਦਾ? ਉਹ ਪਹਿਲਾਂ ਵਾਲਾ ਪ੍ਰੋਜੈਕਟ ਹੀ ਸੀ ਕਿ ਰਾਜਨੀਤੀ ਵਾਲਾ ਠੀਕ ਚੱਲ ਰਿਹਾ? ਨਹੀਂ ਦੇਖੋ, ਦੋਨੇ ਹੀ ਠੀਕ ਨੇ ਜੀ, ਆਪਾਂ ਆਪਣੀ ਨੀਤਾਂ ਸਿੱਧੀ ਹੋਣੀਆਂ ਚਾਹੀਦੀਆਂ, ਸਾਰਾ ਕੁਛ ਜਿਹੜੇ ਮਰਜ਼ੀ ਕੰਮ 'ਚ ਆਵਾਂ ਉਹ ਠੀਕ ਹੀ ਹੁੰਦਾ। ਕਿੰਨੀਆਂ ਕੁ ਗੇੜੀਆਂ ਲੱਗ ਜਾਂਦੀਆਂ ਹਲਕੇ 'ਚ ਪੂਰੇ ਦਿਨ? ਮੈਂ ਸਾਰੀਆਂ ਜਿੰਨੀਆਂ ਵੀ ਕੌਂਸਟੀਚੁਐਂਸੀਆਂ ਉਹਨਾਂ 'ਚ 4-4, 5-5 ਗੇੜੇ ਲਾ ਲਏ ਜੀ। ਅੱਛਾ, ਤੁਸੀਂ ਲਗਾਤਾਰ ਹਲਕੇ ਦੇ ਵਿੱਚ ਜਾਂਦੇ ਹੋਵੋਗੇ, ਕਿਸ ਤਰ੍ਹਾਂ ਦੀ ਤੁਸੀਂ ਇੱਕ ਕੰਪੇਨ ਲੈ ਕੇ ਚੱਲ ਰਹੇ ਹੋ, ਕਿ ਕਿਸ ਏਜੰਡੇ ਨੂੰ ਲੈ ਕੇ ਤੁਹਾਨੂੰ ਲੱਗਦਾ ਹੈ ਕਿ ਇਹ ਪੂਰੀ ਚੋਣ ਹੈ ਜਿਹੜੀ ਉਹ ਲੜੀ ਜਾਣੀ ਚਾਹੀਦੀ? ਦੇਖੋ ਜੀ, ਸਰਕਾਰ ਦੇ 2 ਸਾਲਾਂ ਦੇ ਜਿਹੜੇ ਕੰਮ ਹੈ ਉਹਨਾਂ ਤੋਂ ਲੋਕ ਬਹੁਤ ਖੁਸ਼ ਹੈ, ਔਰ ਜਦੋਂ ਸਾਰੇ MLA ਸਾਹਿਬਾਨ ਆਪਣੇ ਰਿਪੋਰਟ ਕਾਰਡ ਲੈ ਕੇ ਜਾਂਦੇ ਆ ਤਾਂ ਲੋਕ ਖੜ੍ਹੇ ਹੋ ਕੇ ਕਹਿੰਦੇ ਆ ਕੁਛ ਕੰਮ ਤੁਸੀਂ ਭੁੱਲ ਗਏ ਇਹਦੇ 'ਚ ਲਿਖਾਉਣੇ, ਤੁਸੀਂ ਸਾਡੇ ਪਿੰਡ ਦੇ ਆਹ ਕੰਮ ਵੀ ਕੀਤੇ, ਉਦੋਂ ਬੜੀ ਖੁਸ਼ੀ ਹੁੰਦੀ। ਅੱਛਾ ਕਰਮਜੀਤ ਜੀ, ਤੁਸੀਂ ਇਸ ਸੀਟ 'ਤੇ ਕਿਵੇਂ ਦੇਖਦੇ ਹੋ ਮੁਕਾਬਲਾ? ਤੁਹਾਡੇ ਸਾਹਮਣੇ ਤੁਹਾਡੇ ਸੀਨੀਅਰ ਕਲਾਕਾਰ BJP ਵੱਲੋਂ ਹੰਸਰਾਜ ਹੰਸੀ ਚੋਣ ਮੈਦਾਨ ਦੇ ਵਿੱਚ ਨੇ, ਤਾਂ ਅਕਾਲੀ ਦਲ ਕਿਉਂਕਿ ਸੀਟ 'ਤੇ ਸੁਖਬੀਰ ਸਿੰਘ ਬਾਦਲ ਵਰਗੇ ਵੀ ਮੈਂਬਰ ਪਾਰਲੀਮੈਂਟ ਰਹੇ ਆ, ਉਹਨਾਂ ਨੇ ਸਾਬਕਾ ਮੰਤਰੀ ਦੇ ਦੋਹਤੇ ਨੂੰ ਚੋਣ ਮੈਦਾਨ ਦੇ ਵਿੱਚ ਨਿਤਾਰਿਆ, ਅਤੇ ਕਾਂਗਰਸ ਇੱਥੇ ਇੱਕ ਮਹਿਲਾ ਉਮੀਦਵਾਰ ਨੂੰ ਲੈ ਕੇ ਆਈ ਹੈ, ਕਿਵੇਂ ਦਾ ਦੇਖਦੇ ਹੋ ਮੁਕਾਬਲਾ, ਪੂਰਾ ਸਿਨੈਰੀਓ? ਮੁਕਾਬਲਾ ਆਪਣੇ ਆਪ ਨਾਲ ਹੀ ਹੈ ਜੀ, ਜੋ ਆਪ ਪਾਰਟੀ ਨੇ ਕੰਮ ਕੀਤੇ ਹੈ ਅਤੇ ਲੋਕ ਉਹਨਾਂ ਨੂੰ ਫਤਵਾ ਦੇਣਗੇ। ਉਸ ਤੋਂ ਪਹਿਲਾਂ ਜਦੋਂ ਜਿੱਤੀ ਹੈ ਪਾਰਟੀ, ਉਦੋਂ ਪਾਰਟੀ ਨੇ ਕੁਛ ਕੀਤਾ ਨਹੀਂ ਸੀਗਾ, ਨਾ ਹੀ ਪਾਰਟੀ ਹੈਗੀ ਸੀ ਉਦੋਂ ਸੱਤਾ 'ਚ, ਹੁਣ ਸੱਤਾ 'ਚ 2 ਸਾਲ ਤੋਂ ਹੈ ਅਤੇ 2 ਸਾਲ ਦੇ ਕੰਮਾਂ ਕਰਕੇ ਲੋਕ ਬੋਲਦੇ। ਤਾਂ ਤੁਸੀਂ ਹਲਕੇ 'ਚ ਤਾਂ ਲਗਾਤਾਰ ਗੇੜੀਆਂ ਲਾ ਰਹੇ ਹੋ ਜੀ, ਅੱਜ ਤੁਹਾਡੀ ਗੇੜੀ ਕਰਮਜੀਤ ਜੀ ਟਰੈਕਟਰ 'ਤੇ ਲਵਾਉਣੀ ਹੈ? ਚਲੋ ਜੀ, ਅਤੇ ਨਾਲੇ ਚੈੱਕ ਵੀ ਕਰਨਾ ਵੀ, ਕਿਉਂਕਿ ਹਲਕੇ ਜ਼ਿਆਦਾਤਰ ਪੇਂਡੂ ਨੇ, ਪਿੰਡਾਂ ਵਾਲੇ ਟਰੈਕਟਰਾਂ ਵਾਲਿਆਂ ਦੀਆਂ ਵੋਟਾਂ ਜ਼ਿਆਦੇ ਆ। ਬਿਲਕੁਲ ਜੀ, ਅਤੇ ਫਿਰ ਉਹਨਾਂ ਨੇ ਵੇਖਣਾ ਵੀ ਟਰੈਕਟਰ ਚਲਾ ਚਲੂ ਸਹੀ ਲੈਂਦੇ ਆ, ਚਲੋ ਜੀ ਫਿਰ ਹੀ ਹਲਕਾ ਵੀ ਚਲਾਉਣਾ ਨਾ ਤੁਸੀਂ। ਅੱਛਾ, ਕਿਵੇਂ ਲੱਗ ਰਿਹਾ ਹੁਣ ਜਦੋਂ ਤੁਸੀਂ ਰਾਜਨੀਤਿਕ ਚੋਣ ਮੈਦਾਨ ਦੇ ਵਿੱਚ ਨਿਤਰੇ ਆਏ ਆ,
ਤੇ ਪੁਰਾਣੀ ਰਾਜਨੀਤੀ ਵੀ ਤੁਸੀਂ ਦੇਖੀ ਹੈ ਤੇ ਹੁਣ ਬਦਲੀ ਬਦਲੀ ਰਾਜਨੀਤੀ ਵੀ ਚੱਲ ਰਹੀ ਹੈ। ਬਿਲਕੁਲ ਜੀ, ਪਹਿਲਾਂ ਵਾਲੇ ਲੋਕ ਜੇ ਕੋਈ ਬਿਆਨ ਦਿੰਦੇ ਸੀ ਨਾ ਪੁਰਾਣੇ ਲੀਡਰ, ਉਹ ਅੰਮ੍ਰਿਤਸਰ ਕੋਈ ਹੋਰ ਬਿਆਨ ਹੁੰਦਾ ਸੀ, ਸੰਗਰੂਰ ਕੋਈ ਹੋਰ, ਲੁਧਿਆਣੇ ਕੋਈ ਹੋਰ। ਤੇ ਹੁਣ ਤੁਸੀਂ ਲੋਕਾਂ ਨੂੰ ਟਿੱਚ ਨਹੀਂ ਕਰ ਸਕਦੇ, ਕਿਉਂਕਿ ਲੋਕਾਂ ਕੋਲ ਜੋ ਤੁਹਾਡੇ ਮੂੰਹ 'ਚੋਂ ਸ਼ਬਦ ਨਿਕਲ ਗਿਆ ਉਹ ਛਪ ਗਿਆ, ਸਮਝੋ ਵੀਡੀਓ ਨਾਲ ਹੀ, ਉਹ ਵੀਡੀਓ ਨਾਲ ਹੀ ਹੈ। ਜੋ ਤੁਸੀਂ ਝੂਠ ਬੋਲਦੇ ਹੋ ਤਾਂ ਫਿਰ ਸਾਰੀਆਂ ਇੱਕ ਸੱਚ ਵਾਲੀ ਇੱਕ ਝੂਠ ਵਾਲੀ ਨਾਲ ਨਾਲ ਚੱਲਦੇ ਨੇ ਵੀਡੀਓ। ਹੁਣ ਤੁਸੀਂ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੇ। ਅੱਛਾ, ਜਦੋਂ ਪਹਿਲਾਂ ਤੁਹਾਡੇ ਹੁਣ ਪੰਜਾਬ ਦੇ ਤਾਂ ਭਾਈ ਮੁੱਖ ਮੰਤਰੀ ਹੈ, ਪਰ ਤੁਹਾਡੇ ਖਸਮ ਖਾਸ ਮਿੱਤਰ ਭਗਵੰਤ ਮਾਨ ਹੋਣੀ ਜਦੋਂ ਸਿਆਸਤ ਦੇ ਵਿੱਚ ਉਤਰ ਗਏ ਸੀ ਤਾਂ ਤੁਸੀਂ ਆਪਦਾ ਪ੍ਰੋਫੈਸ਼ਨ ਕੰਟੀਨਿਊ ਰੱਖਿਆ ਹੋਇਆ ਸੀ, ਉਦੋਂ ਕੀ ਕੁਝ ਚੱਲਦਾ ਸੀ ਰਹਿਣ ਦੇ ਵਿੱਚ? ਉਹਨਾਂ ਨੂੰ ਵੇਖ ਵੇਖ ਕੇ ਨਜ਼ਾਰਾ ਜਾਈ ਜਾਂਦਾ ਸੀਗਾ ਕਿ ਲੱਗਦਾ ਸੀ ਵੀ ਯਾਰ ਕੰਮ ਠੀਕ ਹੈ, ਵੀ ਆਪਾਂ ਵੀ ਆ ਸਕਦੇ ਹਾਂ ਰਾਜਨੀਤੀ? ਨਹੀਂ, ਮੇਰਾ ਜਮਾਂ ਹੀ ਧਿਆਨ ਨਹੀਂ ਸੀ ਜੀ ਰਾਜਨੀਤੀ 'ਚ। ਮੈਂ ਤਾਂ ਜਿਹੜੇ ਆਪਣਾ ਇਹਦੇ 'ਚ ਕੰਪੇਨਿੰਗ ਕੀਤੀ ਹੈ ਮਾਨ ਸਾਹਿਬ ਕਰਕੇ ਕੀਤੀ ਸੀ, ਮੇਰੇ ਦੋਸਤੀ ਕਰਕੇ ਕੀਤੀ ਸੀ, ਮੇਰਾ ਹੋਰ ਕੋਈ ਇੰਟਰਸਟ ਨਹੀਂ ਸੀ, ਵੀ ਉਹ ਜਿਤਨੇ ਚਾਹੀਦੇ ਨੇ ਅਤੇ ਉਹਨਾਂ ਕਰਕੇ ਸੀ। ਅੱਛਾ, ਫਰੀਦਕੋਟ ਦੇ ਵਿੱਚ ਚਲੋ ਉਤਰਨ ਦਾ ਫੈਸਲਾ ਲੈ ਲਿਆ, ਤੁਹਾਡੇ ਨਾਨਕਿਆਂ ਦਾ ਹਲਕਾ ਇਹ, ਕਿਵੇਂ ਲੱਗਿਆ ਨਾਨਕਿਆਂ ਦੇ ਹਲਕੇ ਦੇ ਵਿੱਚ ਆ ਕੇ? ਦੋ ਐਂ ਜਿਵੇਂ ਨਿੱਕੇ ਹੁੰਦੇ ਨਾਨਕੇ ਜਾਂਦੇ ਸੀ ਤੇ ਲੋਕ ਕਹਿੰਦੇ ਫਲਾਨਿਆਂ ਦਾ ਦੋ ਤਾਂ ਭਾਈ ਬੜਾ ਪਿਆਰ ਜਿਹਾ ਕਰਦੇ, ਫਲਾਨੀ ਦਾ ਮੁੰਡਾ। ਬਿਲਕੁਲ, ਹੁਣ ਨਾਨਕਿਆਂ ਦਾ ਹਲਕਾ ਉਵੇਂ ਜੇ ਪਿਆਰ ਦੇ ਰਿਹਾ? ਬਹੁਤ ਪਿਆਰ ਦੇ ਰਿਹਾ ਜੀ, ਔਰ ਨਾਨਕਾ ਪਰਿਵਾਰ ਵੱਲੋਂ ਪੂਰਾ ਜਿਹੜਾ ਪਿੰਡ ਵੱਲੋਂ ਪੂਰਾ ਸਹਿਯੋਗ ਹੈ, ਔਰ ਉਹਨਾਂ ਨੂੰ ਖੁਸ਼ੀ ਹੈ। ਜਿੰਨੀ ਮੇਰੇ ਪਿੰਡ ਨੂੰ ਖੁਸ਼ੀ ਹੈ ਉਨੀ ਮੇਰੇ ਨਾਨਕੇ ਨੂੰ ਖੁਸ਼ੀ। ਕੱਲ੍ਹ ਅਸੀਂ ਜਦੋਂ ਕਾਗਜ਼ ਭਰਨ ਗਏ ਹਾਂ ਉਦੋਂ ਮੇਰਾ ਸਾਰਾ ਪਿੰਡ ਆਇਆ ਹੋਇਆ ਸੀ ਜੀ, ਉੱਥੋਂ 50 ਗੱਡੀਆਂ ਆਈਆਂ ਹੋਈਆਂ ਸੀਗੀਆਂ। ਹਾਂ, ਹਰ ਘਰ ਘਰ ਦਾ ਬੰਦਾ ਤਕਰੀਬਨ ਮੇਰੇ ਪਿੰਡੋਂ ਆਇਆ ਹੋਇਆ ਸੀਗਾ, ਮੇਰੇ ਆਪਣੇ ਪਿੰਡੋਂ ਵੀ। ਜਿਹੜੇ ਆਪਦੇ ਜੀ ਹੁੰਦੇ ਜਦੋਂ ਆਪਾਂ ਵੱਡੇ ਹੋ ਜਾਂਦੇ ਤਾਂ ਕਈ ਵਾਰੀ ਪੁਰਾਣੀਆਂ ਗੱਲਾਂ ਜਿਹੀਆਂ ਵਿੱਚ ਕਰਕੇ ਕਹਿੰਦੇ ਤੈਨੂੰ ਯਾਦ ਆ ਭਾਈ ਤੂੰ ਨਿੱਕਾ ਹੁੰਦਾ ਐਂ ਕਰਦਾ ਹੁੰਦਾ ਸੀ, ਕੋਈ ਉੱਦਾਂ ਦਾ ਮਿਲਿਆ ਬੰਦਾ? ਬਥੇਰੇ ਜੀ, ਬਾਕੀ ਅੱਜ ਮੇਰਾ ਖਿਆਲ ਉਹ ਭੁੱਲ ਗਿਆ ਆਪਾਂ ਨਾਲ ਲਿਆਉਣਾ। ਮੇਰੀ ਲਾਈਫ ਦਾ ਜਿਹੜਾ ਪਹਿਲਾ ਮਿੱਤਰ ਉਹ ਵੀ ਇੱਥੇ ਆਇਆ ਹੋਇਆ ਜੀ, ਜਿਹਦੇ ਨਾਲ ਮੈਂ ਪਹਿਲੇ ਦਿਨੋਂ ਮੇਰੇ ਨਾਲ ਜੁੜਿਆ ਹੋਇਆ ਜਾਂ ਮੈਂ ਉਹਦੇ ਨਾਲ ਜੁੜਿਆ ਹੋਇਆ, ਵੀ ਉਹਦੇ ਨਾਨਕੇ ਮੇਰੇ ਪਿੰਡ ਸੀਗੇ, ਉਹਦੇ ਮਦਰ ਦੀ ਡੈਥ ਹੋ ਗਈ ਸੀ, ਉਹਨਾਂ ਵੇਲੇ 'ਚ ਉਹ ਨਾਨਕੀ ਪੜ੍ਹਨ ਆ ਜਾਂਦੇ ਜਿਵੇਂ ਬੱਚੇ ਹੈ ਨਾ, ਉਹਦੇ ਨਾਨੀ ਜਦੋਂ ਦਾਖਲ ਕਰਾਉਣ ਆਏ ਪਹਿਲੀ ਕਲਾਸ 'ਚ ਤਾਂ ਉਹਨੂੰ ਸਭ ਤੋਂ ਪਹਿਲਾਂ ਮੈਂ ਆਪਣੀ ਬੋਰੀ 'ਤੇ ਬਿਠਾਇਆ ਸੀਗਾ, ਜਿਹੜੀ 'ਤੇ ਮੈਂ ਬੈਠਾ ਸੀ, ਆੜੀ ਤੂੰ ਮੇਰੇ ਨਾਲ ਬੈਠ। ਬਸ ਉਹ ਮਤਲਬ ਵੀ ਉਹ ਤੱਪੜਾਂ ਵਾਲਾ ਭਰਾ ਮੇਰਾ, ਅਤੇ ਅੱਜ ਤੱਕ ਮਨਜੀਤ ਸਿੰਘ, ਹਾਂਜੀ, ਅਤੇ ਉਹ ਅੱਜ ਵੀ ਆਇਆ ਹੋਇਆ, ਮੈਂ ਭੁੱਲ ਗਿਆ ਨਾਲ ਲਿਆਉਣਾ ਉਹਨੂੰ, ਤੁਸੀਂ ਬਾਅਦ 'ਚ ਉਹਨਾਂ ਨੂੰ ਮਿਲਿਓ ਜ਼ਰੂਰ, ਮਿਲਾ ਦਿਆਂਗੇ ਦਰਸ਼ਕਾਂ ਨੂੰ ਮਿਲਾ ਦਿਆਂਗੇ। ਜਦੋਂ ਤੁਸੀਂ ਫਰੀਦਕੋਟ ਪਾਰਲੀਮੈਂਟ ਹਲਕੇ ਦੇ ਵਿੱਚ ਆ ਗਏ ਤੁਹਾਡੇ ਸਾਹਮਣੇ ਕਿਤੇ ਨਾ ਕਿਤੇ ਤੁਹਾਡੇ ਸੀਨੀਅਰ ਕਲਾਕਾਰ ਆ ਕੇ ਖੜੇ ਹੋ ਗਏ, ਤਾਂ ਐਸੀ ਸਥਿਤੀ ਦੇ ਵਿੱਚ ਕਿਉਂਕਿ ਅਸੀਂ ਦੇਖਦੇ ਹਾਂ ਕਿ ਲੀਡਰ ਇੱਕ ਦੂਜੇ ਹਮਲਾਵਰ ਬੜੇ ਹੁੰਦੇ ਆ, ਅਤੇ ਜਦੋਂ ਸਥਿਤੀ ਐਸੀ ਪੈਦਾ ਹੋ ਜਾਵੇ ਸਾਹਮਣੇ ਤੁਹਾਡਾ ਸੀਨੀਅਰ ਕਲਾਕਾਰ ਹੋਵੇ ਤਾਂ ਉਹ ਜਿਹੜੇ ਤੰਜ ਉਹ ਮਾਹੌਲ ਕਿਵੇਂ ਮੈਨੇਜ ਕਰ ਰਹੇ ਹੋ? ਨਹੀਂ ਦੇਖੋ ਜੀ, ਮੈਂ ਤਾਂ ਕੋਈ ਉਹਨਾਂ 'ਤੇ ਤੰਜ ਨਹੀਂ ਕੱਸਦਾ, ਮੇਰੇ ਤਾਂ ਸੀਨੀਅਰ ਨੇ, ਮੇਰੇ ਰਿਸਪੈਕਟਡ ਨੇ, ਅਤੇ ਮੈਂ ਤਾਂ ਕਿਸੇ 'ਤੇ ਵੀ ਨਹੀਂ ਕਰਦਾ, ਉਹ ਤਾਂ ਫਿਰ ਵੀ ਮੇਰੇ ਆਪਦੀ ਲਾਈਨ ਦੇ ਨਾਲ ਸੰਬੰਧਿਤ ਨੇ, ਅਤੇ ਮੈਂ ਨਹੀਂ ਚਾਹੁੰਦਾ ਵੀ ਕਿਸੇ ਨਾਲ ਇੱਦਾਂ ਕੋਈ ਵਿਵਹਾਰ ਕੀਤਾ ਜਾਵੇ ਜਿਹੜਾ ਕਿਸੇ ਦੇ ਦਿਲ ਨੂੰ ਠੇਸ ਲੱਗੇ, ਮੈਂ ਉਵੇਂ ਦੀ ਰਾਜਨੀਤੀ ਨਹੀਂ ਕਰਨਾ ਚਾਹੁੰਦਾ। ਅੱਛਾ ਕਰਮਜੀਤ, ਐਂ ਲੋਕ ਮਿਲ ਜਾਂਦੇ ਆ, ਮੈਨੂੰ ਲੱਗਦਾ ਗੱਡੀ 'ਤੇ ਰੋਕਣਾ ਸ਼ਾਇਦ ਔਖਾ ਹੁੰਦਾ, ਟਰੈਕਟਰ 'ਤੇ ਹੱਥ ਦੇ ਕੇ ਸੌਖਾ ਰੋਕ ਲਿਆ? ਨਹੀਂ, ਮੈਂ ਤਾਂ ਗੱਡੀ 'ਚ ਵੀ ਰੁਕ ਜਾਂਦਾ ਜੀ, ਅਤੇ ਇਹਨਾਂ ਦੇ ਨਾਲ ਐਨਰਜੀ ਮਿਲਦੀ ਹੈ ਜੀ, ਇਹ ਲੋਕ ਹੀ ਨੇ ਜਿਹੜੇ ਇੰਨਾ ਪਿਆਰ ਕਰਦੇ ਆ ਤੁਹਾਨੂੰ, ਅਤੇ ਇਹਨਾਂ ਦੇ ਸਦਕੇ ਹੀ ਆ, ਜਿੱਦੇ ਇਹ ਪਿਆਰ ਕਰਨ ਨੂੰ ਹਟ ਕੇ ਸਮਝੋ ਉਦੋਂ ਤੁਸੀਂ ਖਤਮ ਹੋ। ਅੱਛਾ, ਫਰੀਦਕੋਟ ਦੀ ਸਿਆਸਤ ਹੀ ਆਪਾਂ ਆਈਏ, ਫਰੀਦਕੋਟ ਦੀ ਸਿਆਸਤ ਦੇ ਮੁੱਦੇ ਕੀ ਦੇਖਦੇ ਹੋ ਤੁਸੀਂ? ਕਿ ਕਿਉਂਕਿ ਇੱਥੇ ਬਾਦਲ ਪਰਿਵਾਰ ਵੀ ਦੇਖੋ ਇਲੈਕਸ਼ਨ ਲੜਦਾ ਰਿਹਾ ਔਰ ਸਿਆਸਤ ਦਾ ਧੁਰਾ ਵੀ ਰਿਹਾ ਫਰੀਦਕੋਟ, ਜੇ ਪੁਰਾਣੇ ਜ਼ਿਲ੍ਹੇ ਦੀ ਗੱਲ ਕਰ ਲਈਏ ਤਾਂ ਫਰੀਦਕੋਟ ਦੀ ਸਿਆਸਤ ਨੂੰ ਕਿਵੇਂ ਸਮਝਦੇ ਹੋ? ਦੇਖੋ ਜੀ, ਸਿਆਸਤ ਦਾ ਤਾਂ ਮੈਨੂੰ ਪਤਾ ਨਹੀਂ, ਪਰ ਮੈਂ ਜਿਹੜਾ ਫਰੀਦਕੋਟ ਲਈ ਸੋਚਿਆ
ਉਹ ਸਭ ਤੋਂ ਪਹਿਲਾਂ ਤਾਂ ਹਰਾ ਭਰਿਆ ਬਣਾਉਣਾ ਬਾਬੇ ਫਰੀਦ ਦੀ ਧਰਤੀ ਨੂੰ, ਅਤੇ ਸਾਫ਼ ਸਫਾਈ ਰੱਖਣੀ ਹੈ ਅਤੇ ਸਾਫ਼ ਸੁਥਰਾ ਸ਼ਹਿਰ ਬਣਾਉਣਾ ਜਿੰਨੀ ਵੀ ਕੌਂਸਟੀਚੁਐਂਸੀ ਕਿ ਅਸੀਂ ਕੋਸ਼ਿਸ਼ ਕਰਾਂਗੇ, ਹੈ ਨਾ। ਅਤੇ ਬਾਕੀ ਪਾਣੀ ਇੱਥੇ ਖਰਾਬ ਹੈ, ਪਾਣੀਆਂ ਦਾ ਵਧੀਆ ਪ੍ਰਬੰਧ, ਖਾਸ ਕਰਕੇ ਪੀਣ ਵਾਲਾ ਪਾਣੀ ਜਿਹੜਾ ਲੋਕਾਂ ਦੇ ਲਈ ਵਧੀਆ ਆਵੇ, ਅਤੇ ਉਹ ਜਿਹੜੀ ਉਹਦੇ ਨਾਲ ਬਹੁਤ ਕੁਛ ਮਸਲੇ ਹੱਲ ਹੋ ਜਾਣਗੇ। ਜਿਹੜੀ ਮਾਲਵਾ ਨਹਿਰ ਨਿਕਲਣ ਵਾਲੀ ਹੈ ਉਹਦੇ ਨਾਲ ਬਹੁਤ ਕੁਛ ਹੱਲ ਹੋ ਜਾਣਾ। ਅੱਛਾ, ਕੀ ਲੱਗਦਾ ਤੁਹਾਨੂੰ ਕਿ ਤੁਹਾਡੇ ਵੱਲ ਲੋਕ ਕਿਉਂ ਖਿੱਚੇ ਆਉਣ, ਤੁਹਾਨੂੰ ਲੋਕ ਵੋਟ ਕਿਉਂ ਕਰ ਦੇਣ? ਕੀ ਮੁੱਖ ਮੰਤਰੀ ਦੇ ਨਾਲ ਪਿਆਰ ਹੋਣਾ, ਦੋਸਤੀ ਹੋਣਾ, ਉਹਨਾਂ ਦੇ ਕਰੀਬ ਹੋਣਾ, ਤੁਹਾਨੂੰ ਲੱਗਦਾ ਹੈ ਕਿ ਫਰੀਦਕੋਟ ਵਾਸੀਆਂ ਦਾ, ਜੇ ਤੁਸੀਂ ਕਹੋਗੇ ਪਾਰਲੀਮੈਂਟ ਚੋਣਾਂ ਨੇ, ਤੁਹਾਨੂੰ ਕੀ ਲੱਗਦਾ ਕਿ ਕੀ ਲੋਕ ਤੁਹਾਡੇ ਰਾਹੀਂ ਮੁੱਖ ਮੰਤਰੀ ਦਫ਼ਤਰ ਦੇ ਐਕਸੈਸ ਨੂੰ ਇੱਕ ਪਲੱਸ ਪੁਆਇੰਟ ਦੇ ਤੌਰ ਤੇ ਦੇਖਣ, ਜਾਂ ਕਿਉਂ ਤੁਹਾਨੂੰ ਵੋਟ ਕਰਨ? ਉਹ ਸਰਕਾਰ ਦੇ 2 ਸਾਲਾਂ ਦੇ ਕੰਮਾਂ ਨੂੰ ਵੋਟ ਪਾਉਣਗੇ ਜੀ। ਜੋ ਪਿਛਲੀਆਂ ਸਰਕਾਰਾਂ ਨੇ 70 ਸਾਲਾਂ 'ਚ ਕੰਮ ਨਹੀਂ ਕੀਤੇ, ਉਹ ਇਸ ਸਰਕਾਰ ਨੇ ਸਿਰਫ 2 ਸਾਲਾਂ ਦੇ ਵਿੱਚ ਕੰਮ ਕਰਤੇ, ਅਤੇ ਉਹ ਕੰਮ ਨੂੰ ਉਸ ਫਤਵਾ ਦੇਣਗੇ ਜੀ ਲੋਕ ਜਿਹੜੇ ਸਰਕਾਰ ਨੇ ਕੰਮ ਕੀਤੇ। ਅੱਛਾ, ਕੋਈ ਨੁਕਤਾ ਦਿੱਤਾ, ਕੋਈ ਕਮੀ ਕੁਮੀ ਤੁਹਾਡੀ ਫੜੀ ਕਰਮਜੀਤ, ਇਸ ਕੰਪੇਨ ਨੂੰ ਇੱਦਾਂ ਕਰਨਾ ਚਾਹੀਦਾ, ਇੱਦਾਂ ਕਰੋ? ਬਸ ਉਹ ਕਹਿੰਦੇ ਵੀ ਇਹੋ ਜਿਹਾ ਕੋਈ ਮਤਲਬ ਵਾਅਦਾ ਨਾ ਕਰਨੀ ਜਿਹੜਾ ਆਪਾਂ ਪੂਰਾ ਨਾ ਕਰ ਸਕੀਏ, ਵਾਅਦੇ ਉਹੀ ਕਰੀ ਜਿਹੜੇ ਆਪਾਂ ਨਿਭਾ ਸਕੀਏ। ਮੈਂ ਇਹੀ ਗੱਲ ਤੁਹਾਡੇ ਨਾਲ ਕਰਨ ਵਾਲਾ ਸੀ, ਤੁਸੀਂ ਆਪ ਹੀ ਜਵਾਬ ਦਿੱਤਾ ਵੀ ਚੋਣ ਲੜਨ ਵੇਲੇ ਤਾਂ ਗੱਲਾਂ ਬਾਤਾਂ ਹੀ ਹੋਰ ਹੁੰਦੀਆਂ, ਕਹਿੰਦੇ ਆ ਨਾ ਕਿ ਭਾਈ ਤੇਰੀਆਂ ਗੱਲਾਂ ਹੋ ਰਹੀ ਆ, ਤੇ ਚੋਣਾਂ 'ਚ ਗੱਲਾਂ ਹੋਰ ਹੀ ਹੁੰਦੀਆਂ, ਆਹ ਵੀ ਕਰ ਦਿਆਂਗੇ, ਉਹ ਤਾਂ ਐਂ ਲੱਗਦਾ ਵੀ ਸੜਕਾਂ 'ਤੇ ਵੀ ਬਸ ਪੱਥਰ ਲੱਗ ਜਾਣਾ, ਇੱਦਾਂ ਦੀਆਂ ਤਸਵੀਰਾਂ ਅਮਲਜੀਤ ਜੀ ਆਪਾਂ ਦੇਖਦੇ ਹਾਂ ਜੀ। ਤੇ ਕੀ ਜ਼ਿਹਨ ਦੇ ਵਿੱਚ ਚੱਲਦਾ ਉਸ ਤਰ੍ਹਾਂ ਦਾ ਵਾਅਦਾ ਕਰਨ ਤੋਂ ਪਹਿਲਾਂ ਕਿ ਭਾਈ ਇਹ ਗੱਲ ਕਿੱਥੋਂ ਕੁ ਤੱਕ ਰੁਪੜਨੀ ਹੈ, ਜਾਂ ਲੋਕਾਂ ਦਾ ਭਰੋਸਾ ਲੈ ਕੇ ਲੀਡਰ ਤਾਂ ਅਕਸਰ ਜਿੱਤਦੇ ਆ, ਹੁਣ ਤੱਕ ਜਿੱਤਦੇ ਹੀ ਆਏ ਆ, ਤੁਸੀਂ ਜ਼ਿਹਨ ਦੇ ਵਿੱਚ ਕੀ ਕੁਝ ਰੱਖਦੇ ਫਿਰ ਉਸ ਵੇਲੇ? ਦੇਖੋ ਜੀ, ਉਹੀ ਆ ਵੀ ਕੋਈ ਆਪਾਂ ਇਹੋ ਜਿਹਾ ਵਾਅਦਾ ਨਾ ਕਰ ਲਈਏ ਜਿਹੜਾ ਔਕਾਤ ਤੋਂ ਵੱਧ ਹੋਵੇ ਔਰ ਜਾਂ ਪੂਰਾ ਨਾ ਕਰ ਸਕੀਏ। ਸੋ ਮੁੱਖ ਮੰਤਰੀ ਸਾਹਿਬ ਦੇ ਧਿਆਨ 'ਚ ਨੇ ਜਿਹੜੀਆਂ ਵੀ ਗੱਲਾਂ ਕਰਦੇ ਹਾਂ ਉਹ ਪੂਰਾ ਤਨਦੇਹੀ ਦੇ ਨਾਲ ਨਿਭਾਵਾਂਗੇ ਜੀ, 100% ਕੋਸ਼ਿਸ਼ ਕਰਾਂਗੇ ਵੀ ਬਣੇ ਚੱਲ। ਅੱਛਾ ਕਰਮਜੀਤ ਜੀ, ਵਿਦੇਸ਼ ਜਾਣ ਦਾ ਮੁੱਦਾ ਬੜਾ ਵੱਡਾ ਮਸਲਾ, ਸਾਡੀ ਜਿਹੜੀ ਨੌਜਵਾਨੀ ਹੈ, ਬੱਚੇ ਸਾਡੇ ਵਿਦੇਸ਼ ਨੂੰ ਭੱਜ ਰਹੇ ਆ, ਉਹਦਾ ਕਾਰਨ ਕਿਵੇਂ ਸਮਝਦੇ ਹੋ? ਤੁਹਾਨੂੰ ਲੱਗਦਾ ਕਿ ਉਸਨੂੰ ਕੰਟਰੋਲ ਦੇ ਵਿੱਚ ਕੀਤਾ ਜਾ ਸਕਦਾ ਹੈ, ਉਹਨੂੰ ਮਜਬੂਰੀ ਸਮਝਦੇ ਹੋ ਜਾਂ ਪ੍ਰਾਪਤੀ ਸਮਝਦੇ ਹੋ? ਨਹੀਂ, ਉਹ ਤਾਂ ਮਜਬੂਰੀ ਵੱਸ ਜਾਂਦਾ ਜੀ, ਕਿਹੜਾ ਮਾਂ ਪਿਓ ਚਾਹੁੰਦਾ ਵੀ ਮੇਰਾ ਬੱਚਾ ਮੇਰੀਆਂ ਅੱਖਾਂ ਤੋਂ ਦੂਰ ਹੋਵੇ, ਜਾਂ ਕਿਹੜਾ ਬੱਚਾ ਚਾਹੁੰਦਾ ਵੀ ਮੈਂ ਆਪਣੇ ਮਾਂ ਪਿਓ ਤੋਂ ਦੂਰ ਹੋਵਾਂ? ਅਤੇ ਗੱਲ ਮਜਬੂਰੀਆਂ ਹੀ ਨੇ ਜੀ, ਬੰਦੇ ਇੱਥੇ ਬੇਰੁਜ਼ਗਾਰੀ ਹੈ ਅਤੇ ਉੱਥੇ ਬੰਦਾ ਜਾ ਕੇ ਮਿਹਨਤ ਦਾ ਮੁੱਲ ਮਿਲ ਜਾਂਦਾ, ਉਹ ਕੰਮ ਕਰ ਲੈਂਦੇ ਆ, ਸੋ ਮਿਹਨਤ ਤਾਂ ਮਜਬੂਰੀ ਹੈ। ਇੱਕ ਜੀ ਮੈਨੂੰ ਦੱਸਿਓ, ਤੁਹਾਨੂੰ ਲੈ ਕੇ ਵਿਰੋਧੀ ਬੜਾ ਨਿਸ਼ਾਨਾ ਲਾਉਂਦੇ ਆ, 2 ਚੀਜ਼ਾਂ ਕਹਿੰਦੇ ਆ, ਇੱਕ ਤਾਂ ਤੁਹਾਡੇ ਵਿਦੇਸ਼ ਵਸਣ ਨੂੰ ਲੈ ਕੇ ਕਹਿੰਦੇ ਆ, ਦੂਜਾ ਉਹ ਕਹਿੰਦੇ ਨੇ ਕਿ ਭਾਈ 3 ਸਾਲ ਦਾ ਕੰਮ ਬੁੱਕ ਹੈ ਤੇ ਲੱਭ ਲਿਓ ਕਰਮਜੀਤ ਨੂੰ ਕਿੱਥੋਂ ਲੱਭਦਾ, ਉਹ ਤਾਂ ਆਪਦੇ ਫਿਲਮਾਂ 'ਚ ਬਿਜ਼ੀ ਹੈ। ਨਹੀਂ, ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਅਜੇ ਤੱਕ ਕਿਸੇ ਨਾਲ ਐਗਰੀਮੈਂਟ ਨਹੀਂ ਕੀਤਾ, ਮੈਂ 117-18 ਫਿਲਮਾਂ ਕੀਤੀਆਂ ਹੋਣਗੀਆਂ, ਮੇਰਾ ਖਿਆਲ ਮੈਂ ਹੁਣ ਤੱਕ 117-18 ਕੀਤੇ, ਤੇ ਮੇਰਾ ਖਿਆਲ ਇਕੱਲੀਆਂ 17 ਫਿਲਮਾਂ ਦੇ ਐਗਰੀਮੈਂਟ ਹੋਣਗੇ ਮੇਰੇ ਕੋਲ। ਉਹਨਾਂ ਨੂੰ ਕਹਿੰਦੇ ਦਿਖਾ ਦਿਓ ਫਿਰ ਕਿਹੜਾ ਐਗਰੀਮੈਂਟ ਹੈ ਮੇਰਾ, ਉਹਨਾਂ ਨੂੰ ਕਹਿੰਦੇ ਦਿਖਾਓ। ਦੇਖੋ, ਜਿਹੜਾ ਮੈਂ ਪੈਸਾ ਕਮਾਇਆ ਕੱਲਾ ਕੱਲਾ ਮੇਰੇ ਕੋਲ ਹਿਸਾਬ ਹੈ, ਮੈਂ ਕਿਹੜਾ ਕੋਈ 2 ਨੰਬਰ ਦਾ ਕੰਮ ਕਰਦਾ, ਆਪਦੀ ਮਿਹਨਤ ਦੀ ਕਮਾਈ ਕਰਦਾ ਔਰ 1 ਨੰਬਰ 'ਚ ਕਰਦਾ, ਉਹ ਸਾਰਾ ਕੁਛ ਹੈਗਾ ਮੇਰੇ ਕੋਲ। ਸਟ੍ਰੈਸ ਕਿੰਨਾ ਕੁ ਆਪਾਂ ਦੇਖਦੇ ਹਾਂ ਜੀ ਕਿ ਕਿਉਂਕਿ ਇਲੈਕਸ਼ਨ ਬੜੀ ਵੱਡੀ ਚੁਣੌਤੀ ਹੁੰਦੀ ਹੈ, ਕਿੰਨਾ ਕੁ ਸਟ੍ਰੈਸ ਲੈਵਲ ਰਹਿੰਦਾ ਇਸ ਪੂਰੀ ਕੰਪੇਨ ਦੇ ਦੌਰਾਨ? ਦੇਖੋ ਜੀ, ਸਟ੍ਰੈਸ ਤਾਂ ਹੁੰਦਾ ਹੀ ਹੈ, ਪ੍ਰੋਗਰਾਮ ਵੱਧ ਹੁੰਦੇ ਨੇ ਅਤੇ ਟਾਈਮ ਘੱਟ ਹੁੰਦਾ ਵੀ, ਵੱਧ ਤੋਂ ਵੱਧ ਸਾਨੂੰ ਹੁੰਦਾ ਵੀ ਜਿੰਨੇ ਵੀ ਲੋਕਾਂ ਨੂੰ ਟੱਚ ਕੀਤਾ ਜਾਵੇ ਵਧੀਆ, ਕਿਉਂਕਿ ਲੋਕ ਸਭਾ ਹਲਕਾ ਬਹੁਤ ਵੱਡਾ ਹੁੰਦਾ ਅਤੇ ਮੈਨੂੰ ਐਂ ਵੀ ਕੋਈ ਐਸਾ ਪਿੰਡ ਨਾ ਰਹਿ ਜੇ, ਕੋਈ ਐਸਾ ਗਲੀ ਮਹੱਲਾ ਨਾ ਰਹਿ ਜੇ ਜਿੱਥੇ ਤੱਕ ਮੈਂ ਨਾ ਗਿਆ ਹੋਵਾਂ,
ਤੇ ਮੇਰੀ ਕੋਸ਼ਿਸ਼ ਇਹੀ ਹੈ, ਉਹਦਾ ਸਟ੍ਰੈਸ ਜ਼ਰੂਰ ਹੁੰਦਾ ਹੈ। ਅੱਛਾ ਕਰਮ ਜੀ, ਇੱਕ ਤਾਂ ਚੀਜ਼ ਕਿਤੇ ਨਾ ਕਿਤੇ ਬੰਦੇ ਜ਼ਹਿਨ 'ਚ ਹੁੰਦੀ, ਜਿਵੇਂ ਤੁਸੀਂ ਸੈਲੀਬ੍ਰਿਟੀ ਹੋ ਤਾਂ ਤੁਹਾਨੂੰ ਆਦਤ ਹੁੰਦੀ ਕਿ ਹਰ ਬੰਦਾ ਕਿਸੇ ਪਾਰਟੀ ਨਾਲ ਜੁੜਿਆ ਉਹ ਪਿਆਰ ਕਰਦਾ, ਜੱਫੀਆਂ ਪਾਉਂਦਾ, ਫੋਟੋਆਂ ਖਿਚਾਉਂਦਾ, ਪਰ ਤੁਸੀਂ ਜਦੋਂ ਸਿਆਸਤ 'ਚ ਆ ਗਏ ਇੱਕ ਧੜੇ ਨਾਲ ਲੱਗ ਗਏ ਤੁਸੀਂ। ਸਿਆਸਤਦਾਨ ਨਹੀਂ ਹੈਗੇ, ਅਸੀਂ ਕਲਾਕਾਰ ਹਾਂ ਜੀ। ਸੋ ਅਸੀਂ ਹਰੇਕ ਗੱਲ ਇਮੋਸ਼ਨਲੀ ਕਰਦੇ ਹਾਂ, ਦਿਲ ਤੋਂ ਕਰਦੇ ਹਾਂ। ਆਮ ਬੰਦਾ ਤਾਂ ਉਹ ਜਿਹੇ ਵਾਅਦੇ ਕਰ ਲੈਂਦਾ ਵੀ ਮੈਂ ਉਹ ਕਰ ਦੂੰ, ਵੋ ਕਰ ਦੂੰ, ਫਿਕਰ ਨਾ ਕਰੋ, ਜਦੋਂ ਮੈਂ ਹਨੇਰੀ ਲਿਆ ਦੂੰ ਆ ਗਿਆ। ਅਸੀਂ ਉਹ ਸੋਚ ਕੇ ਗੱਲ ਕਰਦੇ ਕਿਉਂਕਿ ਅਸੀਂ ਇਮੋਸ਼ਨਲੀ ਲੋਕ ਹਾਂ, ਜਿਹੜੇ ਕੰਮ ਅਸੀਂ ਕਰ ਸਕਦੇ ਹਾਂ ਜੀ। ਪਰ ਕਰਮਜੀਤ ਜੀ, ਜਿਸ ਤਰ੍ਹਾਂ ਬਾਈ ਜੀ ਕਹਿੰਦੇ ਕਿ ਅਸੀਂ ਇਮੋਸ਼ਨ ਉਹ ਕਰਦੇ ਹਾਂ, ਪਰ ਕਿਤੇ ਨਾ ਕਿਤੇ ਵਿਰੋਧ ਵੀ ਧੜਾ ਜਿਹੜਾ ਹੈਗਾ, ਜਦੋਂ ਸਿਆਸਤ 'ਚ ਆ ਗਏ ਤਾਂ ਵਿਰੋਧੀ ਧੜਾ ਵੀ ਸਾਹਮਣੇ ਆ ਜਾਂਦਾ। ਔਰ ਜਿੱਥੇ ਅੰਸਰਾਂ ਜਾਂ ਅੰਸਰਾਂ ਨੂੰ ਕਿਸਾਨਾਂ ਦਾ ਵੱਡਾ ਵਿਰੋਧ ਚੱਲਣਾ ਪੈ ਰਿਹਾ, ਤੁਹਾਨੂੰ ਵੀ ਕਈ ਥਾਵਾਂ ਤੇ ਵਿਰੋਧ ਚੱਲਣਾ ਪਿਆ, ਉਹ ਵਿਰੋਧ ਨੂੰ ਕਿਵੇਂ ਦੇਖਦੇ? ਨਹੀਂ, ਵਿਰੋਧ ਮੇਰਾ ਉਵੇਂ ਨਹੀਂ ਹੋਇਆ, ਮੇਰੇ ਨਾਲ ਗੱਲਾਂ ਕੀਤੀਆਂ ਨੇ ਉਹਨਾਂ ਨੇ, ਕੋਈ ਕਿਸੇ ਕਿਸਮ ਦਾ ਹਾਂ ਸਵਾਲ ਕਰੋ ਕੀਤੇ ਨੇ, ਉਹ ਕਰਨੇ ਬਣਦੇ ਆ ਜੀ ਉਹਨਾਂ ਦੇ। ਉਹਨਾਂ ਨੂੰ ਤੁਹਾਨੂੰ ਲੱਗਦਾ ਕਿ ਉਹ ਸਵਾਲ ਖਤਮ ਹੋ ਜਾਣਗੇ, ਉਹਨਾਂ ਦੀ ਸੈਟੀਸਫੈਕਸ਼ਨ ਕਰਵਾਉਣ ਦਾ ਤੁਹਾਨੂੰ ਲੱਗਦਾ? ਇਸ ਮਸਲੇ ਤੇ ਗੱਲ ਕੀਤੀ ਮੁੱਖ ਮੰਤਰੀ ਸਾਹਿਬ ਨਾਲ? ਬਿਲਕੁਲ ਜੀ, ਬਿਲਕੁਲ ਸਭ ਕੁਝ ਹੋਊਗਾ ਜੀ। ਮੁੱਖ ਮੰਤਰੀ ਸਾਹਿਬ ਨੇ ਦਿੱਤਾ ਭਰੋਸਾ ਕਿ ਹਾਂ ਕਿਸਾਨੀ ਮਸਲਾ ਜਿਹੜਾ? ਬਿਲਕੁਲ ਜੀ ਬਿਲਕੁਲ, ਉਹਨਾਂ ਨੇ ਮੀਟਿੰਗ ਵੀ ਸੀਗੀ ਪਿੱਛੇ 18 ਤਰੀਕ ਨੂੰ ਸੀ ਸ਼ਾਇਦ, ਤੇ ਕਾਫੀ ਜਥੇਬੰਦੀ 21 ਜਥੇਬੰਦੀਆਂ ਨਾਲ ਹੋਈ ਉਹਨਾਂ ਨੂੰ, ਉਸ ਤੋਂ ਬਾਅਦ ਤੁਹਾਨੂੰ ਲੱਗੀ ਫਰਕ, ਰਿਲੈਕਸੇਸ਼ਨ ਲੱਗੀ? ਬਿਲਕੁਲ ਜੀ ਬਿਲਕੁਲ। ਕਰਮਜੀਤ ਜੀ, ਤੁਸੀਂ ਆਪ ਸੈਲੀਬ੍ਰਿਟੀ, ਪਹਿਲਾਂ ਤਾਂ ਜਦੋਂ ਤੁਹਾਡਾ ਨਾਮ ਆਇਆ ਦੂਜੇ ਪਾਸੇ ਹੰਸਰਾ ਹੰਸੋਣੀ ਆ ਕੇ ਫਰੀਦਕੋਟ ਵਾਲਿਆਂ ਦੇ ਇੱਕ ਹੋਰ ਸੈਲੀਬ੍ਰਿਟੀ ਆ ਗਿਆ, ਹਾਲਾਂਕਿ ਉਹ ਸੈਲੀਬ੍ਰਿਟੀ ਨੂੰ ਥੋੜੀਆਂ ਦਿੱਕਤਾਂ ਜਾ ਸਾਹਮਣਾ ਕਰਨਾ ਪਿਆ, ਤਾਂ ਤੁਹਾਨੂੰ ਤਾਂ ਲੋਕਾਂ ਨੇ ਮਿਲਣਾ ਹੀ ਸੀ, ਤੁਹਾਡੇ ਬਹਾਨੇ ਆ ਦੇ ਇੱਥੇ ਤਾਂ ਕਲਾਕਾਰ ਤੇ ਕਲਾਕਾਰ ਚੜਿਆ ਫਿਰਦਾ ਗਲੀਆਂ 'ਚ, ਰੋਣੀ ਸਾਹਿਬ ਤੁਹਾਡੇ ਨਾਲ ਹੀ ਦੇਖਦੇ, ਜੋ ਦੇਖਦੇ ਆ ਇੱਥੇ ਬਿੰਨੂ ਢਿੱਲੋਂ, ਇੱਥੇ ਮਹਿੰਦੀ ਤੱਕੜ, ਗਿੱਪੀ ਗਰੇਵਾਲ, ਆਉਂਦੇ ਜੀ ਗਲੀਆਂ 'ਚ ਕਲਾਕਾਰ ਹੀ ਕਲਾਕਾਰ ਹੋ ਗਏ ਫਰੀਦਕੋਟ 'ਚ। ਨਹੀਂ ਦੇਖੋ ਜੀ, ਪਿਆਰ ਹੈ ਸਾਰਿਆਂ ਨਾਲ ਇੰਡਸਟਰੀ ਦੇ ਵਿੱਚ, ਉਹ ਪਿਆਰ ਸਦਕਾ ਹੀ ਸਾਰੇ ਆ ਰਹੇ ਨੇ, ਸਾਰੇ ਇੱਜ਼ਤ ਮਾਣ ਕਰਦੇ ਨੇ। ਤੁਸੀਂ ਮਨਜੀਤ ਦਾ ਜ਼ਿਕਰ ਕਰ ਰਹੇ ਸੀਗੇ, ਮੇਰਾ ਮਿੱਤਰ ਹੈ ਜੀ, ਮੇਰਾ ਜਿਹੜਾ ਲਾਈਫ ਦਾ ਸਭ ਤੋਂ ਪਹਿਲਾਂ ਜਿਹੜੇ ਮੈਂ ਤੁਹਾਨੂੰ ਦੱਸਿਆ ਮਨਜੀਤ, ਇਹ ਹੈ ਜੀ, ਇਹ ਹੈ ਮੇਰਾ ਮਿੱਤਰ, ਇਹਦੇ ਨਾਲ ਗੱਲ ਕਰੋ। ਕਦੋਂ ਕਦੀ ਯਾਰੀ ਹੈ ਜੀ ਇਹਨਾਂ ਨਾਲ ਤੁਹਾਡੀ? ਬਹੁਤ ਪੁਰਾਣੀ, 40 ਸਾਲ ਹੋ ਗਈ ਘੱਟੋ ਘੱਟ ਸਾਨੂੰ, ਸਾਡਾ ਹਲਕਾ ਬੇਸ਼ੱਕ ਦੁੱਧ ਹੈ ਪਰ ਸਾਡਾ ਹਲਕਾ ਤੇ ਲੋਕਾਂ ਨੂੰ ਸੱਚ ਪਤਾ ਲੱਗਣਾ ਚਾਹੀਦਾ। ਬਹੁਤ ਵਧੀਆ ਇਨਸਾਨ ਨੇ ਜੀ, ਸਭ ਤੋਂ ਨੇਕ ਇਨਸਾਨ ਨੇ ਜੀ। ਕਮੀ ਪੇਸ਼ੀ ਦੂਰ ਪਹਿਲਾਂ ਕਰ ਲਾਂਗੇ। 40 ਸਾਲ ਪੁਰਾਣੇ ਜੀ, ਜਦੋਂ ਮੈਨੂੰ ਨਿੱਕੇ ਨਿਮਾਣੇ ਜੇ ਬੰਦੇ ਨੂੰ ਯਾਦ ਰੱਖ ਸਕਦੇ ਨੇ, ਹਲਕੇ ਹਲਕੇ ਦੇ ਲੋਕਾਂ ਨੂੰ ਤਾਂ ਜੀ ਜੋ ਵੋਟ ਦੇਣਗੇ ਉਹਨਾਂ ਨੂੰ ਤਾਂ ਯਾਦ ਰੱਖਣਗੇ ਰੱਖਣਗੇ ਜੀ। ਅੱਛਾ ਕਰਮਜੀਤ ਜੀ, ਕਾਰਨ ਮੇਰਾ ਇਹਦੇ ਨਾਲ ਜ਼ਿਕਰ ਮੈਂ ਤਾਂ ਦੁਬਾਰਾ ਕੀਤਾ ਸੀ, ਮੇਰੇ ਘਰ ਦੇ ਸਾਡੇ ਬਜ਼ੁਰਗ ਅਕਸਰ ਕਹਿੰਦੇ ਹੁੰਦੇ, ਕਹਿੰਦੇ ਵੀ ਜੇ ਕਿਸੇ ਬੰਦੇ ਦੀ ਪਰਖ ਕਰਨੀ ਆ ਤਾਂ ਉਹਦੇ ਸੱਜੇ ਖੱਬੇ ਵਾਲਾਂ ਦਾ ਪਤਾ ਕਰੋ, ਵੀ ਉਹਦੇ ਨਾਲ ਹਰ ਸਾਲ ਬੰਦੇ ਨਵੇਂ ਚੜ੍ਹਦੇ ਆ ਗੱਡੀ 'ਚ ਕਿ ਜਿਹੜੇ ਪੁਰਾਣੇ 10-15 ਸਾਲ ਪੁਰਾਣੇ ਹੈਗੇ ਆ, ਤਾਂ ਤੁਹਾਡੇ ਨਾਲ ਕੋਈ ਇਹਨਾਂ ਤੋਂ ਪੁੱਛਦਾ ਤੁਸੀਂ ਤਾਂ ਤੁਸੀਂ ਸੱਚੀ ਗੱਲ ਨਾ ਕਰੋ, ਤੁਹਾਡੇ ਪੁਰਾਣੇ ਜਿਹੜੇ ਬੇਲੀ ਸੀ ਉਹਨਾਂ ਦੇ ਵਿੱਚੋਂ ਕੋਈ ਬੰਦਾ ਛੱਡ ਕੇ ਗਿਆ? ਨਹੀਂ ਜੀ, ਬਿਲਕੁਲ ਨਹੀਂ ਛੱਡ ਕੇ ਗਏ ਜੀ, ਸਾਰੇ ਉਦਾਂ ਹੀ ਖੜੇ ਨੇ ਜੀ, ਪੁਰਾਣੇ ਦੇ ਪੁਰਾਣੇ ਮਿੱਤਰ ਪੁਰਾਣੇ ਅੱਜ ਵੀ ਮਿਲਦੇ ਸਾਰੇ? ਹਾਂਜੀ ਸਾਰੇ ਮਿਲਦੇ ਜੀ, ਕੱਲ ਵੀ ਸਾਰੇ ਆਏ ਸੀ ਜੀ, ਤਕਰੀਬਨ ਸਾਰਾ ਪਿੰਡ ਗੰਨੂਆ ਤਕਰੀਬਨ ਸਾਰਾ ਪਿੰਡ ਆਏ ਸੀ ਜੀ, ਕੋਈ ਇਹ ਬੱਚਾ ਬੱਚਾ ਹੈ ਜੀ, ਬੱਚੇ ਦਾ ਬੱਚਾ ਸਾਰਾ ਤਕਰੀਬਨ ਇੱਥੇ ਪਹੁੰਚੇ ਸੀ। ਤਾਂ ਫਰੀਦਕੋਟ ਦੇ ਲੋਕ ਯਕੀਨ ਕਰ ਸਕਦੇ ਫਿਰ ਤੁਹਾਡੇ ਤੇ ਵੀ ਭਾਈ ਸਾਥ ਨਹੀਂ ਛੱਡਣ ਵਾਲੇ? ਦੇਖੋ ਜੀ, ਮੇਰੇ ਤੇ ਜਿਹੜੇ ਬੰਦੇ ਨੇ ਇੰਨਾ ਕੁ ਵੀ ਆਸਾਨ ਕੀਤਾ ਮੈਂ ਕਦੇ ਭੁੱਲਿਆ ਨਹੀਂ ਜੀ, ਔਰ ਜਿਹੜਾ ਬੰਦੇ ਨਾਲ ਮੇਰੀ ਯਾਰੀ ਰਹੀ ਹੈ ਅੱਜ ਤੱਕ, ਇਹ ਮੇਰੀ ਲਾਈਫ ਦਾ ਪਹਿਲਾ ਦੋਸਤ ਹੈ ਜੀ, ਪਹਿਲਾਂ ਤੁਹਾਨੂੰ ਦੱਸਿਆ ਜੇ ਮੈਂ ਨਾ, ਜਿੱਦੇ ਪਹਿਲੀ ਕਲਾਸ 'ਚ ਮੇਰੇ ਨਾਲ ਇਹ ਆ ਕੇ ਬੈਠਾ ਸੀ, ਇਹਦੇ ਨਾਨੀ ਦਾਖਲ ਕਰਾਉਣ ਆਏ ਸੀ ਮੇਰੇ ਪਿੰਡ ਨਾਨਕੇ ਇਹਦੇ, ਤੇ ਉਦੋਂ ਤੋਂ ਲੈ ਕੇ ਅੱਜ ਤੱਕ ਸਾਡੀ ਯਾਰੀ ਵਧੀ ਹੈ ਘਟੀ ਨਹੀਂ? ਇਹ ਵੀ ਨਾਨਕੀ ਪੜਿਆ ਤੇ ਤੁਸੀਂ ਵੀ ਨਾਨਕੀ ਪੜਿਆ? ਮੈਂ ਵੀ, ਮੈਂ 4 ਸਾਲ ਪੜਿਆ, ਪੂਰਾ ਪੜਿਆ। ਇਹ ਤੁਹਾਡੇ ਪਿੰਡ ਆ ਕੇ ਪੜਿਆ ਤੁਸੀਂ? ਆਪ ਦੇ ਨਾਨਕੀ ਚਲਾ ਲਈ ਪੜਿਆ? ਇਹ ਵੀ, ਇਹ ਕਬੱਡੀ ਦਾ ਵੀ ਕੈਪਟਨ ਸੀਗਾ ਜੀ, ਜਿਮਨਾਸਟਿਕ ਦਾ ਵੀ, ਖੋ ਖੋ ਦਾ ਵੀ, ਤੇ ਪੜ੍ਹਾਈ ਦੇ ਵਿੱਚ ਵੀ ਸਭ ਤੋਂ ਅਵਲ ਸੀ। ਤੁਹਾਡੀ ਆਵਾਜ਼ ਨੂੰ ਵੀ ਲੋਕ ਬੜਾ ਪਿਆਰ ਕਰਦੇ ਆ,
ਕੁਝ ਸੁਣਾਈ ਦਿਓ ਜੀ, ਜ਼ਹਿਨ ਦੇ ਵਿੱਚ ਕੀ ਚੱਲ ਰਿਹਾ? ਕੋਈ ਵਧੀਆ ਜਿਹਾ, ਇੱਕ ਤਾਂ ਯਾਰਾ ਵੇ ਹਮੇਸ਼ਾ ਪਸੰਦ ਕੀਤਾ ਜਾਂਦਾ, ਸੁਣਾ ਦਿਓ ਚਾਰ ਲੈਣਾ, ਮਹਿਫਲ ਜੀ ਤੇ ਇੱਥੇ ਵੀ ਲੱਗੀ ਹੈ। ਨਾ ਮੈਂ ਬੋਲਾਂ ਨਾ ਤੂੰ ਬੋਲੇ, ਨਾ ਮੈਂ ਡੋਲਾਂ ਨਾ ਤੂੰ ਡੋਲੇ, ਨੈਣ ਸਮੁੰਦਰੋਂ ਡੂੰਘੇ ਨੀ, ਨੈਣ ਸਮੁੰਦਰੋਂ ਡੂੰਘੇ ਨੀ, ਆ ਡੁੱਬ ਕੇ ਮਰੀਏ, ਆ ਜਾ ਦੋਵੇਂ ਨੈਣਾਂ ਦੇ ਨਾਲ ਗੱਲਾਂ ਕਰੀਏ, ਆ ਜਾ ਦੋਵੇਂ ਨੈਣਾਂ ਦੇ ਨਾਲ ਗੱਲਾਂ ਕਰੀਏ। ਕਿਆ ਬਾਤ ਹੈ, ਉਹ ਯਾਰਾ ਵੇ ਯਾਰਾ ਦੇ ਵੀ ਸੁਣਾਇਓ, ਉਹ ਪਹਿਲਾਂ ਸੁਣਾਤਾ ਸੀ, ਹੁਣ ਸੁਣਾ ਦਿਓ ਇੱਕ ਵਾਰੀ ਹੋਰ ਸੁਣਾ ਦਿਓ। ਓ ਸੋਹਣਿਆ ਸੱਜਣਾ ਸਾਹਮਣੇ ਆ ਕੇ ਬੈਠਾ ਰਹਿ, ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਬੈਠਾ ਰਹਿ, ਯਾਰਾ ਵੇ ਯਾਰਾ ਵੇ ਯਾਰਾ ਵੇ ਯਾਰਾ ਵੇ ਯਾਰਾ ਯਾਰਾ ਵੇ ਯਾਰਾ। ਥੈਂਕ ਯੂ। ਅੱਛਾ ਕਰਮਜੀਤ ਜੀ, ਆਵਾਜ਼ ਤਾਂ ਤੁਹਾਡੀ ਬਾਕੀ ਧਿਆਨ ਸਵਾਲਾਂ ਵਾਲੇ ਪਾਸੋਂ ਹਟ ਹੀ ਜਾਂਦਾ। ਅੱਛਾ, ਮੁਕਾਬਲਾ ਕਿਹਦੇ ਨਾਲ ਦੇਖਦੇ ਹੋ ਇੱਥੇ, ਤੁਹਾਨੂੰ ਕੀ ਲੱਗਦਾ? ਮਤਲਬ ਦੇਖੋ, ਹੁਣ ਇੰਨੇ ਦਿਨਾਂ ਦੇ ਵਿੱਚ ਤੁਸੀਂ ਕਾਫੀ ਚੀਜ਼ ਅਬਜ਼ਰਵ ਕਰ ਲਈਆਂ ਹੋਣੀਆਂ, ਕੀ ਲੱਗਦਾ ਮੁਕਾਬਲਾ ਕਿੱਥੇ ਸਟਾਰਟ? ਮੈਨੂੰ ਐਂ ਲੱਗਦਾ ਜੀ ਆਪਣੇ ਆਪ ਨਾਲ ਹੀ ਹੈ ਮੁਕਾਬਲਾ, ਜਿੱਥੇ ਜਿਵੇਂ ਸਰਕਾਰ ਨੇ ਇੰਨੇ ਕੰਮ ਕੀਤੇ 2 ਸਾਲਾਂ ਦੇ ਵਿੱਚ, ਜਿਹੜਾ ਆਪਣਾ ਵੋਟ ਬੈਂਕ ਪਹਿਲਾਂ ਸੀਗਾ ਉਸ ਤੋਂ ਵਧਣਾ। 2 ਨੰਬਰ 'ਤੇ ਫਿਰ ਤੁਸੀਂ ਕਹਿੰਦੇ ਕਿ ਤੁਹਾਡਾ ਆਪਦੇ ਆਪ ਨਾਲ ਮੁਕਾਬਲਾ, ਯਾਨੀ ਤੁਸੀਂ ਸਮਝਦੇ ਕਿ ਤੁਸੀਂ 1 ਨੰਬਰ 'ਤੇ ਹੋ। ਸਾਰਿਆਂ ਨੂੰ ਵੈਸੇ ਇਹੀ ਸਵਾਲ ਦਾ ਜਵਾਬ ਇਹੀ ਹੁੰਦਾ ਕਿ ਮੈਂ 1 'ਤੇ ਪਿਛਲੇ ਸਲਾਹ ਕਰ ਲੈਣ, ਤਾਂ ਜਿਹੜਾ ਪਾਰਟੀ ਦੇ ਕਰਕੇ ਕਹਿ ਰਹੇ। ਅੱਛਾ, ਬਾਕੀ ਤੁਹਾਨੂੰ ਕੀ ਲੱਗਦਾ ਕਿ 1 ਨੰਬਰ 'ਤੇ ਕਿਹਨੂੰ ਦੇਖਦੇ ਤੁਸੀਂ, ਕਿ ਵੀ ਇਹਦੇ ਨਾਲ ਸਭ ਤੋਂ ਜ਼ਿਆਦਾ ਫਸਮਾ ਹੈ 2 'ਤੇ 3 'ਤੇ? ਮੈਨੂੰ, ਮੈਂ ਤਾਂ ਕਦੇ ਵਿਲੇ ਹੀ ਨਹੀਂ ਜੀ ਕਿਸੇ ਨੂੰ, ਮੈਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਹੋਰ ਕੌਣ, ਆਪਦੇ ਆਪ ਤੋਂ ਵਿਹਲ ਨਹੀਂ ਮਿਲਦੀ। ਸਹੀ ਗੱਲ ਪੁੱਛੋ ਤਾਂ ਸਿੱਲੀ ਹਵਾ ਵਾਲੇ ਤੁਹਾਡੇ ਸੀਨੀਅਰ, ਉਹਨਾਂ ਨੂੰ ਮਿਲੇ? ਉਹ ਮੇਰੇ ਸੀਨੀਅਰ ਨੇ ਜੀ, ਰਿਸਪੈਕਟਰ ਨੇ, ਮੈਂ ਬੋਲਣਾ ਚਾਹੁੰਦਾ। ਅੱਛਾ, ਟਿਕਟ ਮਿਲੀ ਉਦੋਂ ਕਿ ਫੋਨ ਤੇ ਗੱਲ ਨਹੀਂ ਹੋਈ ਯਾਰ ਆਪਣੇ ਸਾਹਮਣੇ? ਨਹੀਂ, ਪਹਿਲਾਂ ਮੈਨੂੰ ਜਿੱਦਾਂ ਟਿਕਟ ਮਿਲੀ ਮੈਨੂੰ ਵਧਾਈਆਂ ਦਿੱਤੀਆਂ ਜੀ ਉਹਨਾਂ ਨੇ। ਹਾਂ, ਸਦੀਕ ਸਾਹਿਬ ਨੇ ਵੀ ਦਿੱਤੀਆਂ, ਉਹਨਾਂ ਨੇ ਵੀ ਤੁਸੀਂ ਵੀ ਦਿੱਤੀਆਂ ਫਿਰ? ਹਾਂਜੀ ਹਾਂਜੀ, ਉਹ ਤਾਂ ਵਧਾਈਆਂ ਤਾਂ ਚਲੋ ਹੁੰਦੀਆਂ ਨੇ, ਉਹ ਤਾਂ ਭਾਈਚਾਰਾ, ਉਹ ਤਾਂ ਹੋਣਾ ਚਾਹੀਦਾ ਬਰਕਰਾਰ। ਅੱਛਾ, ਕੀ ਲੱਗਦਾ ਤੁਹਾਨੂੰ ਕਿ ਲੋਕ ਤੁਹਾਨੂੰ, ਆਖਰ ਦੇ ਵਿੱਚ ਆਖਰੀ ਸਵਾਲ ਦੇ ਤੌਰ 'ਤੇ ਵੀ ਪੁੱਛ ਰਿਹਾ ਕਿ ਲੋਕ ਤੁਹਾਨੂੰ ਕਿਉਂ ਚੁਣ, ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਦੇਖੋ ਜੀ, ਮੈਂ ਉਹੀ ਕਹਿਣਾ ਕਿ ਜੋ 2 ਸਰਕਾਰ ਨੇ 2 ਸਾਲਾਂ 'ਚ ਕੰਮ ਕੀਤੇ ਨੇ, ਪਿਛਲੀਆਂ ਸਰਕਾਰਾਂ ਨੇ ਅੱਜ ਤੱਕ ਨਹੀਂ ਕੀਤੇ, ਉਹ ਲੋਕ ਇੰਨੇ ਖੁਸ਼ ਹੈ, ਲੋਕ ਸਭ ਜਦੋਂ ਸਭਾ ਕਰਦੇ ਹਾਂ ਅਸੀਂ ਵਿੱਚੋਂ ਉੱਠ ਕੇ ਕਹਿੰਦੇ ਆ ਕਿ ਤੁਸੀਂ ਆਹ ਸਾਡੇ ਲਈ ਕੀਤਾ, ਆਹ ਕੀਤਾ, ਪਹਿਲਾਂ ਹੁੰਦਾ ਸੀ ਵੀ ਆਹ ਕਰੋ, ਹੁਣ ਕਹਿੰਦੇ ਆਹ ਕੀਤਾ ਸਾਡੇ ਲਈ, ਆਹ ਕੀਤਾ, ਔਰ ਮੈਨੂੰ ਇਹ ਲੱਗਦਾ ਵੀ ਉਹ ਲੋਕ ਇਸ ਕੰਮਾਂ ਨੂੰ ਫਤਵਾ ਦੇਣਗੇ। ਤਾਂ ਕਰਮਜੀਤ ਅਨਮੋਲ ਹੋਣੀ ਟਰੈਕਟਰ 'ਤੇ ਗੇੜੀ ਅੱਜ ਲਵਾਈ ਹੈ ਕਰਮਜੀਤ ਅਨਮੋਲ ਹੋਰਾਂ ਦੀ, ਕਹਿੰਦੇ ਨੇ ਕਿ ਸੋਨਾਲੀਕਾ ਦਾ ਪਾਵਰ ਸਟੇਅਰਿੰਗ ਕਾਰ ਵਾਂਗ ਹੀ ਚੱਲਦਾ ਸੀ, ਤਾਂ ਲੋਕਾਂ ਤੋਂ ਉਮੀਦਾਂ ਬੜੀਆਂ ਕਰ ਰਹੇ ਨੇ, ਕਹਿੰਦੇ ਨੇ ਕਿ ਅਸੀਂ ਕੰਮ ਕੀਤਾ ਅਤੇ ਉਹਦੇ ਬਦਲੇ 'ਚ ਲੋਕ ਸਾਨੂੰ ਵੋਟ ਕਰਨਗੇ, ਪਰ ਲੋਕਾਂ ਨੇ ਵੋਟ ਕੀ ਵੇਖ ਕੇ ਕਰਨਾ, ਕਿਹਨੂੰ ਕਰਨਾ, ਅਤੇ ਲੋਕਾਂ ਨੇ ਜਿੱਤ ਕਿਹਦੇ ਝੋਲੀ ਦੇ ਵਿੱਚ ਪਾਉਣੀ ਹੈ ਅਤੇ ਕਿਹਦਾ ਜ਼ੋਰ ਜ਼ਿਆਦਾ ਲਵਾਉਣਾ, ਇਹ ਸਮਾਂ ਦੱਸੇਗਾ, ਕਿਉਂਕਿ ਜਨਤਾ ਜਨਾਰਦਨ ਲੋਕਾਂ ਦੇ ਹੱਥ ਦੇ ਵਿੱਚ ਬਹੁਤ ਵੱਡੀ ਸ਼ਕਤੀ ਆ। ਦੇਖਦੇ ਹਾਂ ਜੀ, ਪਰ ਅੱਜ ਦੀ ਇਸ ਟਰੈਕਟਰ 'ਤੇ ਚੋਣ ਗੇੜੀ ਦੇ ਵਿੱਚ ਇੰਨਾ ਹੀ, ਅੱਗੇ ਕਿਸੇ ਹੋਰ ਉਮੀਦਵਾਰ ਦੇ ਨਾਲ, ਕਿਸੇ ਹੋਰ ਲੀਡਰ ਦੇ ਨਾਲ ਫਿਰ ਤੋਂ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ, ਪਰ ਫਿਲਹਾਲ ਮੇਰੇ ਸਹਿਯੋਗੀ ਕੈਮਰਾਮੈਨ ਅਜੇ ਕੁਮਾਰ ਅਤੇ ਮੈਨੂੰ ਨਪਿੰਦਰ ਸਿੰਘ ਬਰਾੜ ਨੂੰ ਦਿਓ ਇਜਾਜ਼ਤ, ਧੰਨਵਾਦ।